ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਹੈ, ਉਹਨਾਂ ਦੀ ਬੇਟੀ ਬੇਹੱਦ ਖੁਸ਼ ਨੇ। ਕੈਂਪੇਨ ਲਗਾਤਾਰ ਹਰ ਇਲੈਕਸ਼ਨ 'ਚ ਨਜ਼ਰ ਆਉਂਦਾ, ਕਿੰਨੀ ਖੁਸ਼ੀ ਹੈ? ਪਹਿਲਾਂ ਗਿੱਦੜਵਾਹਾ ਜਿੱਤ, ਬਠਿੰਡਾ ਜਿੱਦੇ ਜਿੱਦੇ ਰਹਿ ਗਏ ਔਰ ਹੁਣ ਲੁਧਿਆਣਾ ਜਿੱਤ ਹੋ ਗਈ। ਇੰਨੀ ਜ਼ਿਆਦਾ ਖੁਸ਼ੀ ਹੈ ਕਿ ਆਈ ਥਿੰਕ ਮੈਂ ਬਿਆਨ ਨਹੀਂ ਕਰ ਸਕਦੀ ਵਰਡਸ ਵਿੱਚ, ਲਫ਼ਜ਼ਾਂ 'ਚ। ਅਤੇ ਮੈਨੂੰ ਇੱਕ ਮਤਲਬ ਇੰਨਾ ਪਿਆਰ ਦਿੱਤਾ ਸਾਨੂੰ ਲੁਧਿਆਣੇ ਦੇ ਲੋਕਾਂ ਨੇ, ਇੰਨਾ ਜ਼ਿਆਦਾ ਪਿਆਰ। ਅਤੇ ਅੱਜ ਐਂ ਲੱਗ ਰਿਹਾ ਕਿ ਜਿਵੇਂ ਅਸੀਂ 2012 'ਚ ਪਹਿਲੀ ਵਾਰੀ ਗਿੱਦੜਵਾ ਜਿੱਤੇ ਸੀ, ਮੈਂ 5 ਸਾਲਾਂ ਦੀ ਸੀ, ਉਹ ਬਿਲਕੁਲ ਉਹ ਵਾਲੀ ਫੀਲਿੰਗ ਆ ਰਹੀ ਹੈ। ਅਤੇ ਮੇਰੇ ਪਾਪਾ ਦਾ ਇੱਕ ਬਹੁਤ ਵੱਡਾ ਇੱਕ ਬਹੁਤ ਪੈਂਡਿੰਗ ਸੁਪਨਾ ਸੀ ਕਿ ਮੈਂਬਰ ਪਾਰਲੀਮੈਂਟ ਬਣਨਾ, ਪਾਰਲੀਮੈਂਟ ਵਿੱਚ ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਮੁੱਦੇ ਉਠਾਉਣੇ ਹੈ। ਅਤੇ ਆਈ ਥਿੰਕ ਅੱਜ ਪੂਰਾ ਹੋ। ਲੁਧਿਆਣਾ ਦੇ ਨਾਲ ਨਾਲ ਪ੍ਰਧਾਨਗੀ ਦਾ ਵੀ ਇਮਤਿਹਾਨ ਸੀਗਾ ਔਰ ਪ੍ਰਧਾਨਗੀ 'ਚ ਵੀ 7 ਸੀਟਾਂ ਜਿਹੜੀਆਂ ਨੇ ਉਹ ਰਾਜਾ ਵੜਿੰਗ ਦੀਆਂ ਆ ਗਈਆਂ ਨੇ। ਆਈ ਐਮ ਵੈਰੀ ਪ੍ਰਾਊਡ ਆਫ ਮਾਈ ਫਾਦਰ ਜੀ। ਉਹਨਾਂ ਨੇ ਜੋ ਕਿਹਾ ਉਹ ਕੀਤਾ, ਉਹਨਾਂ ਨੇ ਕਦੇ ਆਹ ਨਹੀਂ ਕਿਹਾ ਕਿ ਅਸੀਂ 13 ਦੀਆਂ 13 ਲੈ ਕੇ ਜਾਵਾਂਗੇ। ਉਹਨਾਂ ਨੇ ਆਹ ਕਿਹਾ ਸੀ ਕਿ ਅਸੀਂ ਵੱਧ ਤੋਂ ਵੱਧ ਸੀਟਾਂ ਨਾਲ ਕਾਂਗਰਸ ਪਾਰਟੀ ਮੈਂ ਪੰਜਾਬ ਤੋਂ ਜਿਤਾਊਂਗਾ। ਜਦੋਂ ਤੁਹਾਡੇ ਮਦਰ ਨੂੰ ਬਠਿੰਡਾ ਤੋਂ ਸੀਟ ਨਹੀਂ ਮਿਲੀ, ਟਿਕਟ ਨਹੀਂ ਮਿਲੀ, ਉਸ ਵੇਲੇ ਰਾਜਾ ਵੜਿੰਗ ਨੇ ਕਿਹਾ ਮੈਨੂੰ ਦੁੱਖ ਹੈ, ਮੈਨੂੰ ਗਿਲਟੀ ਹੈ, ਲੇਕਿਨ ਹੁਣ ਮੈਨੂੰ ਲੱਗਦਾ ਜ਼ਿਆਦਾ ਖੁਸ਼ੀ ਹੋਏਗੀ, ਬਠਿੰਡਾ ਨਹੀਂ ਲੁਧਿਆਣਾ ਜ਼ਿਆਦਾ ਜ਼ੋਰ ਲਗਾ। ਇੱਕ ਫੈਮਿਲੀ ਐਫਰਟ ਹੁੰਦੀ ਹੈ ਜੀ, ਕਦੇ ਕਦੇ ਆਪਾਂ ਨੂੰ ਕੋਈ ਚੀਜ਼ਾਂ ਛੱਡਣੀਆਂ ਪੈਂਦੀਆਂ ਕਿਉਂਕਿ ਆਪਾਂ ਇੱਕ ਚੀਜ਼ 'ਤੇ ਫੋਕਸ ਕਰਦੇ ਹਾਂ। ਅਤੇ ਮਤਲਬ ਆਈ ਥਿੰਕ ਮੇਰੇ ਮੰਮਾ ਦਾ ਡਿਸੀਜਨ ਸੀ ਕਿ ਮੈਂ ਮਤਲਬ ਲੁਧਿਆਣੇ ਦੇ ਲੋਕਾਂ ਵਾਸਤੇ ਆਪਾਂ ਹੁਣ ਲੜਾਈ ਲੜਨੀ ਹੈ, ਅਤੇ ਸਰਕਮਸਟਾਂਸਿਸ ਇਹੋ ਜਿਹੇ ਬਣ ਗਏ ਕਿ ਸਾਨੂੰ ਲੁਧਿਆਣੇ ਤੋਂ ਲੜਨਾ। ਗਿੱਦੜਵਾਹਾ ਸੀਟ ਖਾਲੀ ਹੋ ਰਹੀ ਹੈ, ਤੁਹਾਡੇ ਮਦਰ ਹੁਣ ਉੱਥੋਂ ਜਿੱਤਣ ਲਈ ਤਿਆਰ ਨੇ, ਟਿਕਟ ਤਾਂ ਉਹਨਾਂ ਨੂੰ ਮਿਲਣੀ ਮਿਲਣੀ ਹੈ? ਜੇ ਟਿਕਟ ਮਿਲੀ ਤਾਂ ਬਿਲਕੁਲ ਜਿੱਤਾਂਗੇ, ਉੱਥੋਂ ਲੜਾਂਗੇ, ਜਿੱਤਾਂਗੇ ਜੀ। ਰਾਜਾ ਵੜਿੰਗ ਹੋਰਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਸੀ ਕਿ ਜਦੋਂ ਤੁਸੀਂ 25 ਸਾਲ ਦੇ ਹੋਗੇ ਤਾਂ ਫਿਰ ਮੈਂ ਸਿਆਸਤ 'ਚ ਲੈ ਆਉਣਾ ਵਾ। ਤੁਹਾਡਾ ਸਿਆਸਤ 'ਚ ਇੰਟਰਸਟ ਹੈ ਜਾਂ ਤੁਹਾਡਾ ਇੰਟਰਸਟ ਸਿਆਸਤ ਤੋਂ ਬਾਹਰ ਕਿਸੇ ਹੋਰ ਚੀਜ਼? ਤੁਸੀਂ ਆਪਦੇ ਪੇਰੈਂਟਸ ਨੂੰ ਜੋ ਕਰਦੇ ਵੇਖਦੇ ਹੋ, ਆਈ ਥਿੰਕ ਹਰ ਕੋਈ ਬੱਚਾ, ਡਾਕਟਰ ਦਾ ਬੱਚਾ ਡਾਕਟਰ ਨੂੰ ਪ੍ਰੈਕਟਿਸ ਕਰਦਾ ਵੇਖਦਾ ਅਤੇ ਉਹਨੂੰ ਅੱਛਾ ਲੱਗਣ ਲੱਗ ਜਾਂਦਾ। ਮੈਂ ਆਪਦੀ ਪੂਰੀ ਜ਼ਿੰਦਗੀ ਆਪਦੇ ਪਾਪਾ ਮੰਮਾ ਨੂੰ ਵੇਖਿਆ, ਆਪਣੇ ਲੋਕਾਂ ਦੀ ਸੇਵਾ ਕਰਦੇ ਵੇਖ ਅਤੇ ਉਹਨਾਂ ਦਾ ਇੱਕ ਪੈਸ਼ਨ ਫੋਰ ਵਰਕ ਵੇਖਿਆ। ਤੇ ਪੋਲਿਟਿਕਸ ਦਾ ਪਤਾ ਨਹੀਂ ਜੀ, ਪਰ ਜਿੱਥੇ ਜਿੱਥੇ ਹੈਲਪ ਕਰ ਸਕਦੀ ਹਾਂ ਮੈਂ ਮੰਮਾ ਪਾਪਾ ਦੀ ਮੈਂ ਜ਼ਰੂਰ ਕਰਨਾ। ਤੁਸੀਂ 25 ਸਾਲ ਚਾਹੋਗੇ ਆਉਣਾ ਚਾਹੁੰਦੇ ਹੋ ਸਿਆਸਤ 'ਚ, ਜਾਂ ਤੁਸੀਂ ਕਈ ਵਾਰ ਬੱਚਿਆਂ ਦਾ ਕੁਝ ਹੋਰ ਡ੍ਰੀਮ ਹੁੰਦਾ ਜਾਂ ਕਿਸੇ ਹੋਰ ਕਰੀਅਰ ਬਣਾਉਣਾ ਹੁੰਦਾ, ਤੁਹਾਡਾ ਡ੍ਰੀਮ ਕਿੱਥੇ? ਮੇਰਾ ਇੱਕ ਡ੍ਰੀਮ ਹੈ ਜੀ ਕਿ ਮੈਂ ਆਪਦੀ ਸੋਸਾਇਟੀ ਨੂੰ ਗਿਵ ਬੈਕ ਕਰਾਂ। ਤਾਂ ਉਹ ਜਿਹੋ ਜਿਵੇਂ ਮਰਜ਼ੀ ਹੋਵੇ, 25 ਸਾਲਾਂ 'ਤੇ ਹੋਵੇ, 20 'ਤੇ ਹੋਵੇ, ਜਦੋਂ ਮਰਜ਼ੀ ਹੋਵੇ, ਮੈਂ ਪੰਜਾਬ ਦੇ ਲੋਕਾਂ ਨੂੰ ਅਤੇ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਆਪਦੀ ਸੋਸਾਇਟੀ ਨੂੰ ਗਿਵ ਬੈਕ ਕਰਨਾ ਚਾਹੁੰਦਾ। ਤੁਹਾਡੇ ਪਾਪਾ ਦੀ ਜਿੱਤ ਪਿੱਛੇ ਤੁਹਾਡੇ ਮਦਰ ਦਾ ਹੱਥ ਹੈ ਜਾਂ ਤੁਹਾਡਾ ਹੱਥ ਹੈ? ਲੱਕੀ ਚਾਮ ਕੌਣ ਹੈ? ਮੇਰੇ ਮੋਮ ਆਈ ਥਿੰਕ ਉਹ ਤੁਹਾਡੇ ਨਾਲ ਜ਼ਿਆਦਾ ਪਿਆਰ ਕਰਦੇ। ਨਹੀਂ ਨਹੀਂ, ਦਿਸ ਇਜ਼ ਵੈਰੀ ਕਲੀਅਰ ਇਨ ਆਰ ਹਾਊਸ। ਮੇਰੇ ਮੰਮਾ ਨਾਲ ਜੋ ਸਾਡੇ ਘਰੇ ਮੇਰੀ ਮੋਮ ਦਾ ਰੋਲ ਹੈ, ਆਈ ਥਿੰਕ ਕੋਈ ਹੋਰ ਨਿਭਾਈ ਨਹੀਂ ਸਕਦਾ। ਮੈਂ ਕੱਲ ਮੰਮਾ ਨਾਲ ਗੱਲ ਕਰ ਲਈ ਸੀ, ਮੇਰੀ ਮੋਮ ਸਾਡੇ, ਮੇਰੇ ਮੰਮਾ ਸਾਡੇ ਘਰ ਦੀ ਬੈਕਬੋਨ ਹੈ ਤੇ ਅਸੀਂ ਸਾਰੇ ਬਹੁਤ ਇਮੋਸ਼ਨਲ ਹੈ। ਮੇਰੀ ਮੋਮ ਸਾਰਿਆਂ ਨੂੰ ਇਕੱਠਾ ਇੱਕ ਇੱਕ ਗਰੁੱਪ ਵਿੱਚ ਰੱਖਦੇ ਆ, ਲਾਈਕ ਕਿਉਂ ਨਹੀਂ ਹੁੰਦਾ ਕਿ ਇਕੱਠੀਆਂ ਲੱਕੜਾਂ ਸਟਰੋਂਗ ਰਹਿੰਦੀਆਂ, ਅਸੀਂ ਸਾਰੀਆਂ ਲੱਕੜਾਂ ਨੂੰ ਇਕੱਠੇ ਰੱਖਣ ਵਾਲੀ ਮੇਰੀ ਮੋਮ ਹੈ। ਲਾਸਟ ਸਵਾਲ, ਜਦੋਂ ਲੁਧਿਆਣੇ ਆਏ ਬਹੁਤ ਟੈਗ ਲੱਗਾ, ਇਹ ਤਾਂ ਬਾਹਰੀ ਨੇ, ਚੰਡੀਗੜ੍ਹ ਆਉਣਗੇ, ਗੱਡੀ 'ਚ ਬਹਿਣਗੇ, ਲੁਧਿਆਣਾ ਰੁਕਣਗੇ, ਖਾਣ ਪੀਣਗੇ, ਘੁੰਮਣਗੇ ਤੇ ਫਿਰ ਗਿੱਦੜਵਾ ਚਲੇ ਜਾਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? 5 ਸਾਲ ਵੇਖੋ, ਆਈ ਥਿੰਕ ਤੁਹਾਨੂੰ ਕਦੇ ਜਿੰਨਾ ਤੁਸੀਂ ਆਪਦੇ ਕੈਂਡੀਡੇਟਸ ਨੂੰ 10 ਸਾਲਾਂ 'ਚ ਨਹੀਂ ਵੇਖਿਆ ਹੋਊਗਾ, ਤੁਸੀਂ ਰਾਜਾ ਵੜਿੰਗ ਨੂੰ 1 ਮਹੀਨੇ 'ਚ ਦੇਖ ਲਓਗੇ। ਤੁਸੀਂ ਮੇਰੇ ਪਾਪਾ ਨੂੰ, ਤੁਹਾਨੂੰ ਬੁਲਾਉਣ ਦੀ ਲੋੜ ਨਹੀਂ ਪੈਣੀ, ਪਾਪਾ ਆਪ ਆਇਆ ਕਰਨਗੇ ਸੇਵਾ ਕਰਨ। ਵੜਿੰਗ ਸਾਹਿਬ ਦੇ ਦਿਲ 'ਚ ਜ਼ਿਆਦਾ ਗਿੱਦੜਵਾ ਹੈ ਜਾਂ ਲੁਧਿਆਣਾ? ਪੂਰਾ ਪੰਜਾਬ ਹੈ ਜੀ, ਪੂਰਾ ਪੰਜਾਬ ਹੈ। ਪੱਕੇ ਸਿਆਸਤਦਾਨ ਹੋ ਗਏ? ਨਹੀਂ ਨਹੀਂ ਜੀ, ਪੂਰਾ ਪੰਜਾਬ ਹੈ।